ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਸੇਜ ਆਉਂਦੀ 12 ਤਰੀਕ ਦਿਨ ਵੀਰਵਾਰ ਜਗਰਾਓਂ ਆਫਿਸ ਬੱਸ ਸਟੈਂਡ ਤੋਂ ਜਦੋਂ ਤੁਸੀਂ ਲੁਧਿਆਣੇ ਵੱਲ ਨੂੰ ਤੁਰੋਗੇ, ਗ੍ਰੀਨ ਕਲੋਨੀ ਦੇ ਬਿਲਕੁਲ ਕੋਰਨਰ ਦੇ ਉੱਤੇ ਲੁਧਿਆਣਾ ਰੋਡ ਦੇ ਉੱਤੇ ਬੱਸ ਸਟੈਂਡ ਤੋਂ ਜੇ ਤੁਸੀਂ ਲੁਧਿਆਣੇ ਵੱਲ ਨੂੰ ਤੁਰਦੇ ਹੋ ਤਾਂ ਆਪਣਾ ਆਫਿਸ ਬਣਿਆ ਹੋਇਆ ਜੀ। ਤੁਸੀਂ ਉੱਥੇ ਮੈਨੂੰ ਮਿਲ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 3 ਤੋਂ 4 ਵਜੇ ਤੱਕ ਮੈਂ ਉੱਥੇ ਹੀ ਬੈਠੂੰਗਾ ਆਪਦੀ ਪੂਰੀ ਐਕਸਪਰਟ ਟੀਮ ਦੇ ਨਾਲ, ਆਪਦੇ ਅਕੈਡਮਿਕ ਦਸਤਾਵੇਜ਼ ਲੈ ਕੇ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਬਾਰੇ ਆਪਦੇ ਕੇਸ ਦੀ ਅਸੈਸਮੈਂਟ ਕਰਾਉਣੀ ਆ, ਵਿਜ਼ਿਟਰ ਵੀਜ਼ਾ ਬਾਰੇ ਕਰਾਉਣੀ ਆ, ਆਪਦਾ ਤੁਸੀਂ ਓਪਨ ਵਰਕ ਪਰਮਿਟ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੇ ਕੇਸ ਬਾਰੇ ਜੋ ਤੁਸੀਂ ਗੱਲ ਕਰਨੀ ਆ ਉਹਦੇ ਨਾਲ ਸੰਬੰਧਿਤ ਜਿਹੜੇ ਜਿਹੜੇ ਵੀ ਤੁਹਾਡੇ ਕੋਲ ਡਾਕੂਮੈਂਟਸ ਨੇ ਉਹ ਤੁਸੀਂ ਮੈਨੂੰ ਲੈ ਕੇ ਮਿਲ ਸਕਦੇ ਹੋ ਆਉਂਦੀ 12 ਤਰੀਕ ਦਿਨ ਵੀਰਵਾਰ ਜਗਰਾਓਂ ਆਫਿਸ, ਠੀਕ ਆ ਜੀ। ਦੂਸਰੀ ਜਿਹੜੀ ਚੀਜ਼ ਸਭ ਤੋਂ ਇੰਪੋਰਟੈਂਟ ਉਹ ਇਹ ਆ ਜੀ, ਮੈਂ ਹੁਣ ਜਿਹੜੀ ਗੱਲ ਕਰਨ ਲੱਗਿਆ ਇਸ ਚੀਜ਼ ਨੂੰ, ਪਲੀਜ਼ ਮੇਰੇ ਜਿਹੜੇ ਸਟੂਡੈਂਟ ਵੀਰ ਆ ਜਿਨ੍ਹਾਂ ਨੇ ਪਲੱਸ ਟੂ ਕੀਤੀ ਹੋਈ ਹੈ ਜਾਂ ਕਰ ਰਹੇ ਆ, ਜਿਨ੍ਹਾਂ ਦੇ ਐਗਜ਼ਾਮਸ ਚੱਲ ਰਹੇ ਆ ਅਤੇ ਅੱਗੇ ਉਹਨਾਂ ਨੇ ਆਪਦੇ ਟੈਸਟ ਦੇ ਕੇ ਆਇਲਸ ਅਪੀਅਰ ਹੋ ਕੇ ਕੈਨੇਡਾ ਦਾ ਅਪਲਾਈ ਕਰਨਾ, ਪਲੀਜ਼ ਬੱਚਿਓ 6 ਈਚ ਬੈਂਡ ਸਕੋਰ। ਮੈਂ ਨਹੀਂ ਇਹ ਕਹਿ ਰਿਹਾ ਵੀ ਮੇਰੇ ਕੋਲ ਅੱਜ ਵੀ 6.5 'ਤੇ ਸੀਟਾਂ ਪਈਆਂ ਨੇ, ਮੈਂ ਨਹੀਂ ਇਹ ਕਹਿ ਰਿਹਾ ਮੈਂ 6.5 'ਤੇ ਕੇਸ ਅਪਲਾਈ ਕਰੂੰਗਾ, ਮੈਂ ਸਿਰਫ ਇਹੀ ਕਹਿ ਰਿਹਾ ਕਿ 6 ਈਚ ਆਫਟਰ ਪਲੱਸ ਟੂ 6 ਈਚ ਦਾ ਬੈਂਡ ਸਕੋਰ ਲਓ, ਆਫਟਰ ਗ੍ਰੈਜੂਏਸ਼ਨ 6.5 ਓਵਰਆਲ 6 ਈਚ ਦਾ ਬੈਂਡ ਸਕੋਰ ਲਓ ਪਲੀਜ਼। ਸਟੂਡੈਂਟਸ ਸਖਤੀ ਹੋ ਚੁੱਕੀ ਆ, ਕਾਲਜਸ ਨੇ ਆਫਰ ਲੈਟਰਸ ਦੇਣੀਆਂ ਬੰਦ ਕਰ ਦਿੱਤੀਆਂ ਨੇ, ਤੁਸੀਂ ਦੇਖਿਆ ਹੋਊਗਾ ਕਿੰਨੀਆਂ ਆਫਰ ਲੈਟਰ ਡਿਲੇ ਹੋ ਰਹੀਆਂ ਨੇ, ਕਿੰਨੀਆਂ ਆਫਰ ਲੈਟਰਸ ਪੈਂਡਿੰਗ 'ਚ ਪਈਆਂ ਨੇ, ਕਿੰਨੀਆਂ ਆਫਰ ਲੈਟਰਸ ਹਾਲੇ ਤੱਕ ਵੇਟਿੰਗ ਲਿਸਟ ਦੇ ਵਿੱਚ ਨੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ। ਰੀਜ਼ਨ ਬਿਹਾਈਂਡ ਸਿਰਫ ਅਤੇ ਸਿਰਫ ਮੇਨ ਫੋਕਸ ਕੈਨੇਡੀਅਨ ਗੌਰਮੈਂਟ ਦਾ ਹੁਣ ਇਹ ਹੋ ਗਿਆ ਕਿ ਕੈਨੇਡੀਅਨ ਕਾਲਜਸ ਦਾ ਇਹ ਹੋ ਗਿਆ ਕਿ 6 ਈਚ ਵਾਲਾ ਬੱਚਾ ਹੀ ਸਾਡੇ ਕੋਲ ਆਵੇ। ਜਿੰਨੇ ਮੋਸਟ ਆਫ ਦਾ ਰਿਪਿਊਟਡ ਕਾਲਜਸ ਜਿਹੜੇ ਸੀਗੇ ਕੈਨੇਡਾ ਦੇ, ਉਹਨਾਂ ਨੇ ਤਾਂ ਈਮੇਲਸ ਕਰ ਵੀ ਚੁੱਕੇ ਨੇ, ਪਤਾ ਨਹੀਂ ਹਜੇ ਵੀ ਕਿਉਂ ਮੇਰੇ ਜਿਹੜੇ ਵੀਰ ਆ ਜਿਹੜੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੇ ਮੇਰੇ ਤੋਂ ਬਹੁਤ ਸੀਨੀਅਰ ਆ, ਉਹ ਵੀ ਹਜੇ ਇਹੀ ਗੱਲ ਕਰ ਰਹੇ ਨੇ ਕਿ ਸਾਡੇ ਕੋਲ 6.5 'ਤੇ ਸੀਟਾਂ ਪਈਆਂ ਨੇ, ਹਾਲਾਂਕਿ ਆਫਰ ਲੈਟਰਸ ਬਹੁਤ ਜ਼ਿਆਦਾ ਡਿਲੇ ਨਹੀਂ, ਕਾਲਜਸ ਆਫਰ ਲੈਟਰ ਦੇ ਵੀ ਨਹੀਂ ਰਹੇਗੇ। ਜੇ ਅਸੀਂ ਨੋਨ SPP ਜਾਂ ਪ੍ਰਾਈਵੇਟ ਕਾਲਜਸ ਜਿਹੜੇ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੈ ਉਹਨਾਂ ਕਾਲਜਸ 'ਚ ਪਾ ਕੇ ਬੱਚੇ ਨੂੰ ਭੇਜਣਾ ਤਾਂ ਉਹ ਵੱਖਰੀ ਗੱਲ ਆ, ਸਾਡੀ ਕੰਪਨੀ ਇਹ ਨਹੀਂ ਕਰੂਗੀ ਜੀ। ਮੈਂ ਤਾਂ ਸਿਰਫ ਸਰੋਤਿਆਂ ਨੂੰ ਫੇਸਬੁੱਕ ਦੇ ਮਾਧਿਅਮ ਰਾਹੀਂ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪ ਬੋਲ ਕੇ ਇਹ ਗੱਲ ਕਹਿ ਰਿਹਾ, ਪਲੀਜ਼ ਜੇ ਤੁਹਾਡੇ 6 ਈਚ ਬੈਂਡ ਸਕੋਰ ਨਹੀਂ ਗਏ ਤਾਂ ਤੁਸੀਂ ਮੈਕਰੋ ਗਲੋਬਲ ਤੋਂ ਕੇਸ ਅਪਲਾਈ ਨਾ ਕਰੋ, ਅਸੀਂ ਤੁਹਾਡਾ ਕੇਸ ਹੁਣ ਨਹੀਂ ਫੜਾਂਗੇ। 6 ਈਚ ਬੈਂਡ ਸਕੋਰ ਲੈ ਕੇ ਹੀ ਸਾਡੇ ਕੋਲ ਆਓ। ਹਾਂ, ਜੇ ਕੱਲ੍ਹ ਨੂੰ ਕੋਈ ਫਿਰ ਦੁਬਾਰਾ ਅਮੈਂਡਮੈਂਟਸ ਆ ਗਈਆਂ, ਚੇਂਜਿਸ ਆ ਗਈਆਂ ਤਾਂ ਵੱਖਰੀ ਗੱਲ ਆ, ਪਰ ਹਾਲੇ ਤੱਕ ਜੋ ਮੈਂ ਦੇਖਿਆ ਆ, ਜੋ ਮੈਂ ਵਾਚਿਆ ਆ, ਉਸ ਮੁਤਾਬਕ ਤਾਂ ਜਿਹੜੇ ਆਉਣ ਵਾਲੇ ਦਿਨ ਆ ਉਹ 6 ਈਚ ਬੈਂਡ ਸਕੋਰ ਨਾਲ ਹੀ ਪੋਸੀਬਿਲਿਟੀਜ਼, ਵੀਜ਼ਾ ਪ੍ਰੋਬੇਬਿਲਿਟੀਜ਼ ਅਤੇ ਪੋਸੀਬਿਲਿਟੀਜ਼ ਲੈ ਕੇ ਆ ਰਹੇ ਨੇ। ਕਿਉਂਕਿ ਮੈਂ ਜੇ ਲਿਸਟ ਕੱਢਾਂ ਤਾਂ ਮੇਰੇ ਕੋਲ, ਕੱਲ੍ਹ ਮੈਂ ਨੋਟ ਕਰ ਰਿਹਾ ਸੀ ਵੀ ਕਿਹੜੇ ਕਿਹੜੇ ਕਾਲਜਿਸ ਨੇ ਅਪਡੇਟ ਕਰਤਾ 6 ਈਚ ਲਈ, ਤਾਂ ਮੇਰੇ ਕੋਲ ਲਿਖੇ ਪਏ ਨੇ ਸ਼ੈਰੀਡਨ, ਸੈਨਿਕਾ, ਸੇਂਟ ਕਲੇਅਰ, ਫੈਨਸ਼ਾ, ਲਾਸੇਲ, ਨਰਦਰਨ ਕੈਂਬਰੀਅਨ, ICM, ਲੈਂਪਟਨ, ਮਹਾਕ, ਸੈਂਟ ਲੋਰੈਂਸ, ਕੈਨਾਡੋਰ, CEGEP, ਸਾਰੇ ਆਲਮੋਸਟ ਕਾਲਜਿਸ ਜਿੰਨੇ ਟੋਪ ਲੈਵਲ ਕਾਲਜਿਸ ਨੇ ਸਾਰਿਆਂ ਨੇ ਤਾਂ ਲਿਸਟ ਦੇ ਵਿੱਚ 6 ਈਚ ਸਾਨੂੰ ਈਮੇਲ ਕਰ ਚੁੱਕੇ ਨੇ ਜੀ, 1 ਸਾਲ ਦੀ ਫੀਸ ਅਤੇ 6 ਈਚ ਬੈਂਡ ਸਕੋਰ ਪਿੱਛੇ ਰਹਿ ਕੀ ਗਿਆ। ਪਹਿਲਾਂ ਜੇ ਆਪਾਂ ਗੱਲ ਕਰੀਏ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਲੈਂਗਰਾ ਜੇ ਅਸੀਂ ਗੱਲ ਕਰਦੇ ਹਾਂ, ਰੈੱਡ ਰਿਵਰ ਜੇ ਅਸੀਂ ਗੱਲ ਕਰਦੇ ਹਾਂ, ਕਿਸੇ ਸਸਕੈਚਵਨ ਦੇ ਕਾਲਜ ਦੀ ਜਾਂ ਕਿਸੇ ਯੂਨੀਵਰਸਿਟੀ ਦੀ, ਉਹਨਾਂ ਦੀ ਤਾਂ ਪਹਿਲਾਂ ਹੀ ਰਿਕੁਆਇਰਮੈਂਟ 6.5-6 ਈਚ ਦੀ ਸੀ, ਸੋ ਪਿੱਛੇ ਆਪਣੇ ਕੋਲ ਕੁਛ ਨਹੀਂ ਬਚ ਜਾਂਦਾ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਟੂਡੈਂਟਸ, ਆਪਾਂ ਇੱਧਰ ਉੱਧਰ ਨਾ ਭਟਕੀਏ, ਐਵੇਂ ਆਪਦੇ ਡਾਕੂਮੈਂਟਸ ਚੱਕ ਕੇ ਲਾਈਨ ਅਪ ਹੋਈ ਜਾਂਦੇ ਹਾਂ, ਬਾਅਦ 'ਚ ਆਪਾਂ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਇਹ ਕਹਿੰਦੇ ਹਾਂ ਕਿ ਸਾਡੀ 6 ਮਹੀਨੇ ਹੋਊਗੀ ਜਾਂ 8 ਮਹੀਨੇ ਹੋਊਗੀ ਜੇ ਆਫਰ ਲੈਟਰ ਅਪਲਾਈ ਹੋਏ ਨੂੰ। ਦੇਖੋ, ਜਿਹੜੇ ਪਹਿਲਾਂ ਆਫਰ ਲੈਟਰਸ ਅਪਲਾਈ ਹੋਈਆਂ ਹੋਈਆਂ ਨੇ ਜਿਨ੍ਹਾਂ ਦੀਆਂ ਹਜੇ ਤੱਕ ਨਹੀਂ ਆਈਆਂ, ਉਹ ਵੀ ਪਲੀਜ਼ ਆਪਦੇ ਸਕੋਰ ਅਪਗ੍ਰੇਡ ਕਰ ਲਓ, ਉਹ ਵੀ ਆਪਦੇ ਸਕੋਰਸ ਨੂੰ ਅਪਡੇਟ ਕਰਕੇ ਉਹਨਾਂ ਦੇ ਸਕੋਰ 6 ਈਚ ਲੈ ਕੇ ਰੀਅਪੀਅਰ ਹੋ ਜਾਓ ਆਇਲਸ ਦੇ ਵਿੱਚ, ਫਿਰ ਆਪਦਾ ਕੇਸ ਦੁਬਾਰੇ ਪੁੱਟਅਪ ਕਰੋ। ਉਹਦੇ ਨਾਲ ਤੁਹਾਡੀ ਵੀਜ਼ਾ ਪ੍ਰੋਬੇਬਿਲਿਟੀ ਵੀ ਵਧੂਗੀ, ਆਫਰ ਲੈਟਰ ਵੀ ਜਲਦੀ ਆਜੂਗੀ, ਸਾਰਾ ਕੁਛ ਕੰਮ ਤਰੀਕੇ ਨਾਲ ਹੋਜੂਗਾ। ਆਪਾਂ ਸਿਰਫ ਪੜ੍ਹਨ ਤੋਂ ਨਾ ਭੱਜੀਏ, ਆਪਾਂ 6 ਈਚ ਬੈਂਡ ਸਕੋਰ ਐਂਡ ਓਵਰਆਲ 6 ਐਂਡ 6 ਇਨ ਈਚ ਦਾ ਬੈਂਡ ਸਕੋਰ ਲੈ ਕੇ, ਆਫਟਰ ਪਲੱਸ ਟੂ ਐਂਡ ਗ੍ਰੈਜੂਏਸ਼ਨ 6.5-6 ਈਚ ਦਾ ਸਕੋਰ ਲੈ ਕੇ ਹੀ ਆਪਦਾ ਕੇਸ ਅਪਲਾਈ ਕਰੀਏ। ਐਂਡ ਮੈਂ ਦੂਸਰੀ ਤੀਸਰੀ ਜਿਹੜੀ ਗੱਲ ਮੇਰੇ ਧਿਆਨ ਦੇ ਵਿੱਚ ਆ ਰਹੀ ਸੀ ਉਹ ਰੈਗੂਲਰ ਇਹ ਆ ਰਹੀ ਹੈ ਜੀ, ਓਪਨ ਵਰਕ ਪਰਮਿਟ ਨੂੰ ਲੈ ਕੇ ਪਿਛਲੇ 1 ਵੀਕ ਦੇ ਵਿੱਚ 4 ਤੋਂ 5 ਮੇਰੇ ਕੋਲ ਰਿਫਿਊਜ਼ਲਸ ਆਈਆਂ ਨੇ। ਮੇਰੇ ਇਮੀਗ੍ਰੇਸ਼ਨ ਵਾਲੇ ਵੀਰ ਅਪਲਾਈ ਕਰਨਾ ਸ਼ੁਰੂ ਕਰ ਚੁੱਕੇ ਨੇ ਹੁਣ ਓਪਨ ਵਰਕ ਪਰਮਿਟ, ਮੋਸਟ ਵੈਲਕਮ ਆ ਜੀ, ਅਪਲਾਈ ਕਰੋ, ਸਾਰੇ ਅਪਲਾਈ ਕਰੋ, ਪਰ ਥੋੜ੍ਹਾ ਜਿਹਾ ਵਰਕਆਊਟ ਕਰਕੇ ਅਪਲਾਈ ਕਰੋ। ਕੁਝ ਕਾਲਜਿਸ ਇਹ ਜੇ ਨੇ ਜਿੱਥੇ ਤੁਸੀਂ ਓਪਨ, ਜਿੱਥੇ ਜੇ
बच्चा पढ़ रहा एंड वो आपके स्पाउस तो ओपन बुकमेंट अपलाई करना चाहता तो वह अपलाई नहीं कर सकता, उन्हें उस कॉलेज को अथॉरिटी नहीं गी। तो जो तुम उस कॉलेज के पढ़ रहे बच्चे के स्पाउस का ओपन डॉक्यूमेंट लाने तो वह रिफ्यूज़ हो जाता। पांच मेरे को रिफ्यूजल आईया पिछले एक वीक दे विच। प्लीज़ मैं यही सुनेहा देना चाहना बच्चों को भी, तो इमीग्रेशन मेरे वीर जिहड़े काम करते हैं, प्लीज़ आप थोड़ा जहा सुचेत हो के कम इस काम में करिए। पहले थोड़ा जहा वर्कआउट कर लिए, उस तो बाद केस अपलाई करिए। सो दोबारे दसना चाहना जगराओं 12 तरीक दिन वीरवार सवेरे 10 बजे तो लैके शाम को 4 बजे तक बैठूंगा। प्लस टू तो बाद 6 ईच 6 ओवरऑल, ग्रेजुएशन तो बाद 6.5 ओवरऑल 6 इन ईच बैंड स्कोर लैके ही आपका केस अपलाई करो। पढ़ो मेहनत नाल, कनेडा कितने नहीं चलती, उत्थी रहनी है, उवें ही वीजे लगते रहने हैं। तेजी ना करो, जे अगे 2 महीने पढ़ के पढ़े सी तां हुण 3 पढ़ लो 4 पढ़ लो, पर पढ़ के मेहनत करके इंग्लिश सारी जिंदगी तुहाडे नाल रहनी आ। ये तुहाडे तो किसी ने खो नहीं लैनी। वधिया बैंड स्कोर लाओगे, वधिया प्रोफाइल बनूगा, चंगे तरीके नाल केस अपलाई होगा, चंगा कॉलेज चंगा कोर्स मिलेगा, तुहाडे ही काम आना। इन्ना कहिंदा होया खिमा दा जाचकां जी, धन्यवाद।